ਤੇ ਮੈਂ ਚਾਹੁੰਗਾ ਸਭ ਤੋਂ ਪਹਿਲੇ ਜ਼ੋਰਦਾਰ ਤਾਲੀਆਂ ਦੇ ਨਾਲ ਇਸਤਕਬਾਲ ਹੋਣਾ ਚਾਹੀਦਾ ਸਾਡੇ 9 to 9 ਐਂਟਰਟੇਨਮੈਂਟ ਦੇ ਜਿਹੜੇ ਡਾਇਰੈਕਟਰ ਨੇ ਪਰਮਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਜਿਹੜਾ ਪਲੇਟਫਾਰਮ ਤੁਹਾਨੂੰ ਮੁਹੱਈਆ ਕਰਾਇਆ ਮਿਸਿਸ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਰੂਬਰੂ ਕਰਨ ਦਾ ਅੱਜ ਸਾਡੇ ਇਸ ਈਵੈਂਟ ਦੇ ਵਿੱਚ ਜਿਹੜੇ ਸਾਡੇ ਜੱਜਿਸ ਨੇ ਉਹ ਸਾਡੇ ਦਰਮਿਆਨ ਇੱਥੇ ਪਹੁੰਚ ਚੁੱਕੇ ਨੇ ਅਤੇ ਮੈਂ ਤੁਹਾਡੇ ਨੂੰ ਰੂਬਰੂ ਵੀ ਕਰਾ ਦਿਆਂ ਇੱਕ ਇੱਕ ਕਰਕੇ ਮੈਂ ਇੱਥੇ ਉਹਨਾਂ ਨੂੰ ਇਨਵਾਈਟ ਕਰੂੰਗਾ ਮੈਂ ਚਾਹੂੰਗਾ ਕਿ ਪਰਮਿੰਦਰ ਜੀ ਪਲੀਜ਼ ਮੇਰੇ ਨਾਲ ਇੱਥੇ ਆ ਜਾਣ ਤਾਂ ਕਿ ਅਸੀਂ ਉਹਨਾਂ ਨੂੰ ਫਲੋਰਲ ਵੈਲਕਮ ਵੀ ਕਰੀਏ ਆਪਣੇ ਜਿਹੜੇ ਸਾਡੇ ਮਹਿਮਾਨ ਨੇ ਅਤੇ ਮੈਂ ਮੈਡਮ ਨੂੰ ਗੁਜ਼ਾਰਿਸ਼ ਕਰਾਂਗਾ ਜਿਹੜੇ ਸਾਡੇ ਟੀਮ ਇੰਚਾਰਜ ਨੇ ਉਹ ਫਲਾਵਰਸ ਸਾਨੂੰ ਨਾਲ ਨਾਲ ਠੀਕ ਹੈ ਜੀ ਅਤੇ ਸਭ ਤੋਂ ਪਹਿਲਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਜਿਹੜੇ ਗੈਸਟ ਆਫ ਆਨਰ ਨੇ ਅੰਮ੍ਰਿਤਸਰ ਦੇ ਵਿੱਚ ਹੀ ਇੱਕ ਬਹੁਤ ਵੱਡਾ ਨਾਮ ਮੈਡਮ ਲਤਿਕਾ ਅਰੋੜਾ ਜੀ ਜਿਨ੍ਹਾਂ ਨੇ ਕਿ ਆਪਣਾ ਸਫ਼ਰ ਐਜ਼ ਏ ਮਿਊਜ਼ਿਕ ਐਂਡ ਡਾਂਸ ਟੀਚਰ ਸ਼ੁਰੂ ਕੀਤਾ ਔਰ 37 ਸਾਲ ਦੀ ਉਮਰ ਦੇ ਵਿੱਚ ਜਦੋਂ ਸੋਨੀ ਟੀ ਵੀ 'ਤੇ ਬੂਗੀ ਬੂਗੀ ਜਿਹੜਾ ਈਵਨ ਤੁਸੀਂ ਵੇਖਦੇ ਹੋ ਉਹਦੇ ਰਨਰ ਅਪ ਰਹੇ ਆਲ ਬਿਕੋਜ਼ ਆਫ ਇਹਨਾਂ ਦੇ ਜਿਹੜੇ ਹਸਬੈਂਡ ਨੇ ਉਹਨਾਂ ਨੂੰ ਸਪੋਰਟ ਕੀਤੀ ਅਤੇ ਇੱਕ ਵੱਡਾ ਜਿਹੜਾ ਨੈਸ਼ਨਲ ਟੀ ਵੀ ਦੇ ਉੱਤੇ ਇਹਨਾਂ ਨੇ ਪਰਫੋਰਮੈਂਸ ਕੀਤੀਆਂ ਤੁਸੀਂ ਯੂਟਿਊਬ 'ਤੇ ਇਹਨਾਂ ਦੀਆਂ ਪਰਫੋਰਮੈਂਸ ਦੇਖ ਸਕਦੇ ਹੋ ਇੱਥੇ ਬਹੁਤ ਵੱਡੇ ਵੱਡੇ ਈਵੈਂਟ ਔਰਗਨਾਈਜ਼ ਕਰਦੇ ਨੇ ਜਿਹੜੇ ਕਿ ਡਾਂਸ ਦੇ ਨਾਲ ਰਿਲੇਟਡ ਹੁੰਦੇ ਆ ਕੋਰੀਓਗ੍ਰਾਫ ਕਰਦੇ ਨੇ ਅਤੇ ਅੱਜ ਇਸ ਸਾਡੇ ਫੰਕਸ਼ਨ ਦੇ ਵਿੱਚ ਆ ਕੇ ਉਹਨਾਂ ਨੇ ਸਾਡੀ ਟੌਰ ਵਧਾਈ ਹੈ ਮਾਣ ਵਧਾਇਆ ਮੋਸਟ ਵੈਲਕਮ ਲਤਿਕਾ ਜੀ ਮੈਂ ਚਾਹੁੰਗਾ ਪਰਮਿੰਦਰ ਸਰ ਪਲੀਜ਼ ਇਹਨਾਂ ਨੂੰ ਫਲਾਵਰ ਬੁੱਕੇ ਦੇ ਕੇ ਔਨਰ ਕਰਨ ਜ਼ੋਰਦਾਰ ਤਾਲੀਆਂ ਦੋਸਤ ਥੈਂਕ ਯੂ ਲਤਿਕਾ ਜੀ ਹੁਣ ਮੈਂ ਤੁਹਾਡੇ ਸਾਰਿਆਂ ਦੋਸਤਾਂ ਨੂੰ ਰੂਬਰੂ ਕਰਾਉਣ ਜਾ ਰਿਹਾ ਅੱਜ ਦੀ ਤਰੀਕ 'ਚ ਉਹ ਜਿਹੜਾ ਚਿਹਰਾ ਹੈ ਸਿਰਫ ਅੰਮ੍ਰਿਤਸਰ ਹੀ ਨਹੀਂ ਸਾਡੇ ਦੇਸ਼ ਦਾ ਇੱਕ ਚਿਹਰਾ ਹੈ ਮੇਰੀ ਮੁਰਾਦ ਹੈ ਪ੍ਰਿਤਪਾਲ ਪਾਲੀ ਹੈ ਅਤੇ ਮੇਰਾ ਦੋਸਤ ਹੈ ਬਚਪਨ ਦਾ ਇਕੱਠੇ ਪੜ੍ਹੇ ਵੀ ਹੈ ਪਰ ਜਿਹੜੀਆਂ ਇਹਦੀਆਂ ਉਪਲਬਧੀਆਂ ਨੇ ਉਹ ਬਹੁਤ ਵੱਡੀਆਂ ਨੇ ਇਹਨਾਂ ਨੇ ਥੀਏਟਰ ਲਈ ਆਪਣਾ ਜਿਹੜੀ ਲਾਈਫ ਹੈ ਪੂਰੀ ਥੀਏਟਰ ਨੂੰ ਦੇ ਦਿੱਤੀ ਅਤੇ ਪਿਛਲੇ 2-3 ਸਾਲਾਂ ਤੋਂ ਇਹਨਾਂ ਨੇ ਜਿਹੜਾ ਥੀਏਟਰ ਤੋਂ ਬਾਹਰ ਨਿਕਲ ਕੇ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਇਹਨਾਂ ਦੀਆਂ ਬਹੁਤ ਸਾਰੀ ਪੰਜਾਬੀ ਮੂਵੀਜ਼ ਤੁਸੀਂ ਵੇਖੋਗੇ ਰੀਸੈਂਟਲੀ ਪਿੱਛੇ ਮੈਂ ਦੇਖ ਰਿਹਾ ਸੀ ਇੱਕ 2 x 4 ਵੀ ਆ ਰਹੀ ਸੀ 2x5 ਠੀਕ ਹੈ ਅਤੇ ਇੱਕ ਇਹਨਾਂ ਦਾ ਬੜੀ ਹਿੱਟ ਫਿਲਮ ਤੁਸੀਂ ਦੇਖੀ ਹੈ ਜਿਹੜੀ ਹਿਸਟੋਰੀਕਲ ਮੂਵੀ ਆਈ ਅਕਸ਼ੇ ਕੁਮਾਰ ਜੀ ਦੀ ਕਿਹੜੀ ਸੀਗੀ ਉਹਦਾ ਬੜਾ ਇੱਕ ਫੇਮਸ ਗਾਣਾ ਸੀਗਾ ਮਾਹੀ ਮੈਨੂੰ ਛੱਡਿਓ ਨਾ ਕਿ ਤੇਰੇ ਬਿਨ ਦਿਲ ਨਹੀਂ ਲੱਗਣਾ ਅਤੇ ਮੈਂ ਵੀ ਕਹੂੰਗਾ ਪਾਲੀ ਸਾਹਿਬ ਕਿ ਤੁਸੀਂ ਸਾਡਾ ਜਿਹੜਾ ਮਿਸਿਸ ਪੰਜਾਬ ਦਾ ਸਾਥ ਹੈ ਉਹ ਕਦੇ ਨਾ ਛੱਡਿਓ ਇਸੇ ਤਰ੍ਹਾਂ ਸਾਡੇ ਨਾਲ ਹਮੇਸ਼ਾ ਬਣਿਆ ਰਿਹੋ ਅਤੇ ਮੈਂ ਚਾਹੂੰਗਾ ਪਰਮਿੰਦਰ ਜੀ ਪਲੀਜ਼ ਸਾਡੇ ਪਾਲੀ ਸਾਹਿਬ ਨੂੰ ਵੀ ਇਹ ਪਿਆਰ ਭਰਾ ਫੁੱਲਾਂ ਦੇ ਨਾਲ ਔਨਰ ਕਰੋ ਅਤੇ ਸਾਡਾ ਇਹਨਾਂ ਨੇ ਮਾਣ ਵਧਾਇਆ ਆ ਕੇ ਥੈਂਕ ਯੂ ਪਾਲੀ ਸਾਹਿਬ ਥੈਂਕਸ ਅ ਲੋਟ ਫੋਰ ਬੀਂਗ ਵਿਦ ਅਸ ਹੁਣ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਲਾਸਟ ਈਅਰ ਤੁਹਾਡੇ ਵਾਂਗ ਇੱਥੇ ਚੇਅਰਸ 'ਤੇ ਬੈਠੀ ਸੀ ਇੱਕ ਡਰੀ ਸਹਿਮੀ ਜੀ ਕੁੜੀ ਹੈ ਮੇਰੀ ਮੁਰਾਦ ਮਿਸਿਸ ਅੰਮ੍ਰਿਤਸਰ 2018 ਮਿਸਿਸ ਪੰਜਾਬ ਪਲੀਜ਼ ਜ਼ੋਰਦਾਰ ਤਾਲੀ ਨਾਲ ਇਸਤਕਬਾਲ ਕਰੋ ਇਹਨਾਂ ਦਾ ਅਤੇ ਦੇਖੋ ਇੱਕ ਸਾਲ ਦੇ ਅੰਦਰ ਅੰਦਰ ਪਰਸਨੈਲਿਟੀ ਦੇ ਵਿੱਚ ਜਿਹੜੀ ਚੇਂਜ ਇੱਕ ਕੌਨਫੀਡੈਂਸ ਬੰਦੇ ਦੇ ਅੰਦਰ ਆਉਂਦਾ ਉਹ ਮਾਧਵੀ ਜੀ ਦੇ ਚੱਲਣ ਤੋਂ ਹੀ ਪਤਾ ਚੱਲ ਜਾਂਦਾ ਇਹਨਾਂ ਦੀ ਸਮਾਈਲ ਤੋਂ ਪਤਾ ਚੱਲ ਜਾਂਦਾ ਜ਼ੋਰਦਾਰ ਤਾਲੀਆਂ ਮਾਧਵੀ ਚੰਡੋਕ ਔਰ ਪਰਮਿੰਦਰ ਸਰ ਇਹਨਾਂ ਨੂੰ ਵੀ ਬਹੁਤ ਪਿਆਰੇ ਪਿਆਰੇ ਫੁੱਲਾਂ ਦੇ ਨਾਲ ਇਹਨਾਂ ਦਾ ਸਵਾਗਤ ਕਰੀਏ ਥੈਂਕ ਯੂ ਮਾਧਵਾ ਜੀ ਥੈਂਕਸ ਅ ਲੋਟ ਇਹਨਾਂ ਦਾ ਇੱਕ ਹੋਰ ਵੀ ਨਾਮ ਹੈ ਤਾਨਿਆ ਹੁਣ ਤੁਹਾਨੂੰ ਤਾਨਿਆ ਬੁਲਾਉਣਾ ਜਾਂ ਮਾਧਵੀ ਚਲੋ ਠੀਕ ਹੈ ਜੀ ਮਿਸਿਸ ਪੰਜਾਬ ਤਾਨਿਆ ਕਾ ਮਾਧਵੀ ਚੰਡੋਕ ਅਤੇ ਦੋਸਤੋ ਹੁਣ ਮੈਂ ਤੁਹਾਨੂੰ ਉਸ ਸ਼ਖਸੀਅਤ ਨਾਲ ਮਿਲਾਉਣ ਜਾ ਰਿਹਾ ਜਿਨ੍ਹਾਂ ਨੇ ਸਾਡੇ ਇਹਨਾਂ ਭਾਈ ਸਾਹਿਬ ਨੂੰ ਇੰਸਪਾਇਰ ਕੀਤਾ ਕਿ ਇਹ ਜਿਹੜਾ ਬੀੜਾ ਹੈ ਤੁਸੀਂ ਚੁੱਕੋ ਉਹ ਆਪ ਇੱਕ ਬਹੁਤ ਉੱਗੇ ਹੋਏ ਕਲਾਕਾਰ ਨੇ ਬਹੁਤ ਅੱਛੇ ਡਾਂਸ ਕੋਰੀਓਗ੍ਰਾਫਰ ਨੇ ਬਹੁਤ ਸੋਹਣਾ ਗਾਉਂਦੇ ਵੀ ਨੇ ਮੇਰੀ ਮੁਰਾਦ
none other than Mrs. Harpreet Kaur, mere pyare bhabhi, respectable, zordar taliyan naal swagat kariye, jinnah ne ki Parminder ji nu baar baar dasya ki vei kam business te dhande karde rehnde ho, kuch mere vargiyan meriyan bhenna ne unhan layi vi kuch karo. ਤੇ ਇਹ ਜਿਹੜਾ ਸਾਰਾ ਸਿਹਰਾ ਇਹਨਾਂ ਦੇ ਸਿਰ ਜਾਂਦਾ ਮੈਂ ਚਾਹੁੰਗਾ ਕਿ ਬਹੁਤ ਪਿਆਰੇ ਜਿਹੇ ਫੁੱਲਾਂ ਦੇ ਨਾਲ ਹਰਪ੍ਰੀਤ ਭਾਬੀ ਜੀ ਨੂੰ ਤੁਸੀਂ ਇਹ ਫਲਾਵਰ ਦੇ ਕੇ ਆਨਰ ਕਰੋ ਥੈਂਕ ਯੂ ਸੋ ਮੱਚ ਇਸੇ ਤਰ੍ਹਾਂ ਤੁਸੀਂ ਅੱਗੇ ਵੀ ਫਿਊਚਰ 'ਚ ਸਾਡੇ ਭਾਈ ਸਾਹਿਬ ਨੂੰ ਇੰਸਪਾਇਰ ਕਰਦੇ ਰਹੋ ਹੋਰ ਨਵੀਆਂ ਨਵੀਆਂ ਇੱਦਾਂ ਦੀ ਇਨਵੈਂਸ਼ਨ ਕਰਨ ਲਈ ਕੁਛ ਕਹਿਣਾ ਚਾਹੋ ਹਾਂ ਜਦੋਂ ਸਾਡਾ ਵਿਆਹ ਹੈ ਨਾ ਇਹੀ ਕੁਛ ਚੱਲ ਪਹਿਲਾਂ ਬੱਚਿਆਂ ਵਾਸਤੇ ਸੀਗਾ ਫਿਰ ਮੈਂ ਕਿਹਾ ਦੇਖੋ ਲੇਡੀਜ਼ ਵਾਸਤੇ ਕੁਛ ਚਾਹੀਦਾ ਮਿਸ ਵਾਸਤੇ ਤਾਂ ਕੰਟੈਸਟ ਕਾਫੀ ਹੁੰਦੇ ਰਹਿੰਦੇ ਨੇ ਲੇਕਿਨ ਮੈਰਿਡ ਵੂਮੈਨਸ ਵਾਸਤੇ ਨਾ ਜਿਹੜੇ ਕੋਈ ਮਤਲਬ ਇੰਨਾ ਅੱਛਾ ਪਲੇਟਫਾਰਮ ਕਿਤੇ ਵੀ ਤੁਹਾਨੂੰ ਨਹੀਂ ਮਿਲੇਗਾ ਅਤੇ ਮਤਲਬ ਉਸ ਤੋਂ ਬਾਅਦ ਮੈਂ ਸੁਣਨਾ ਸ਼ੁਰੂ ਕੀਤਾ ਕਹਿੰਦੇ ਹਾਂ ਕੁਛ ਕਰਨਾ ਚਾਹੀਦਾ ਦੈਨ ਹੀ ਸਟਾਰਟਡ ਮਿਸਿਸ ਪੰਜਾਬ ਪਹਿਲਾਂ ਮਿਸ ਲੁਧਿਆਣਾ ਹੁੰਦਾ ਸੀਗਾ ਉਸ ਤੋਂ ਪਹਿਲਾਂ ਟੈਲੈਂਟ ਸ਼ੋਅ ਹੁੰਦੇ ਸੀ ਬੱਚਿਆਂ ਦੇ ਦੈਨ ਹੀ ਸਟਾਰਟਡ ਮਿਸਿਸ ਪੰਜਾਬ ਕੰਟੈਸਟ ਫੋਰ ਦਾ ਬਿਊਟੀਫੁਲ ਲੇਡੀਜ਼ ਜਿਹੜੀਆਂ ਕਿ ਘਰ ਦੇ ਅੰਦਰ ਛੁਪੀਆਂ ਰਹਿੰਦੀਆਂ ਨੇ ਉਹਨਾਂ ਟੈਲੈਂਟ ਦਬਾ ਲੈਂਦੀਆਂ ਨੇ ਉਹਨਾਂ ਟੈਲੈਂਟ ਨੂੰ ਉਭਾਰਨ ਵਾਸਤੇ ਇਹਨਾਂ ਨੇ ਆਹ ਵੀੜਾ ਚੁੱਕਿਆ ਆਈ ਰੀਅਲੀ ਪ੍ਰਾਊਡ ਆਫ ਯੂ ਥੈਂਕ ਯੂ ਸੋ ਮੱਚ ਹਰਪ੍ਰੀਤ ਜੀ ਥੈਂਕਸ ਅ ਲੋਟ ਅਤੇ ਦੋਸਤੋ ਹੁਣ ਲਾਸਟ ਬਟ ਨੋਟ ਦਾ ਲਿਸਟ ਇੱਕ ਤਾਂ ਸਾਡੇ ਜੱਜਿਸ ਅਜੇ ਸਾਡੇ ਜਿਹੜੇ ਅੱਜ ਦੇ ਗੈਸਟ ਸੈਲੀਬ੍ਰਿਟੀ ਨੇ ਉਹ ਆਨ ਦਾ ਵੇ ਨੇ ਉਹ ਵੀ ਆਉਣਗੇ ਬਟ ਇਨ ਬਿਟਵੀਨ ਸਾਡੇ ਦਰਮਿਆਨ ਇੱਕ ਐਸੀ ਸ਼ਖਸੀਅਤ ਤੁਹਾਡੇ ਆਂਗ ਹੀ ਅੱਜ ਤੋਂ 2 ਸਾਲ ਪਹਿਲਾਂ ਮਿਸਿਸ ਪੰਜਾਬ ਦੇ ਇਸ ਵਿਹੜੇ ਦੇ ਵਿੱਚ ਇੱਦਾਂ ਚੱਲਦੇ ਚੱਲਦੇ ਆਏ ਸੀਗੇ ਬੜੇ ਆਰਾਮ ਨਾਲ ਪਰ ਅੱਜ ਉਹਨਾਂ ਦੀ ਚਾਲ ਢਾਲ ਬਾਲ ਤਾਂ ਉਹਨਾਂ ਦੀਆਂ ਗੱਲਾਂ ਤੁਸੀਂ ਜਦੋਂ ਸੁਣੋਗੇ ਤਾਂ ਤੁਹਾਨੂੰ ਲੱਗੇਗਾ ਕਿ ਨਹੀਂ ਅਸੀਂ ਵੀ ਸਮ੍ਰਿਤੀ ਓਬਰਾਈ ਵਰਗੀ ਬਣਨਾ ਵਿਨਰ ਆਫ 2017 ਮਿਸਿਸ ਪੰਜਾਬ ਸਮ੍ਰਿਤੀ ਓਬਰਾਈ ਮੈਂ ਚਾਹੁੰਗਾ ਕਿ ਪਲੀਜ਼ ਜ਼ੋਰਦਾਰ ਤਾਲੀਆਂ ਤੁਹਾਡੀਆਂ ਘਟਣੀਆਂ ਨਹੀਂ ਚਾਹੀਦੀਆਂ ਮਿਸਿਸ ਪੰਜਾਬ ਬਣਨਾ ਕੋਈ ਛੋਟੀ ਗੱਲ ਨਹੀਂ ਹੈ ਹਜ਼ਾਰਾਂ ਦੇ ਵਿੱਚੋਂ ਨਿਕਲ ਕੇ ਟੌਪ ਕਰਨਾ ਇਹ ਬੜੀ ਡੈਡੀਕੇਸ਼ਨ ਔਰ ਮੈਂ ਤੁਹਾਨੂੰ ਦੱਸਾਂ ਦੋਸਤੋ ਕਿ ਜ਼ਰੂਰੀ ਨਹੀਂ ਕਿ ਕੋਈ ਇਨਸਾਨ ਇੱਕ ਵੱਡੇ ਸ਼ਹਿਰ ਦੇ ਵਿੱਚ ਜੰਮਿਆ ਪਲਿਆ ਹੋਏ ਤਾਂ ਉਹੀ ਵੱਡੇ ਵੱਡੇ ਟੈਗ ਹਾਸਿਲ ਕਰ ਸਕਦਾ ਸਮ੍ਰਿਤੀ ਵੀ ਇੱਕ ਛੋਟੇ ਜਿਹੇ ਪਿੰਡ ਤੋਂ ਬਿਲੋਂਗ ਕਰਦੀ ਹੈ ਸਾਡੇ ਪਠਾਨਕੋਟ ਦੇ ਨੇੜੇ ਇੱਕ ਸੁੰਦਰ ਚੱਕ ਭੋਇਆ ਪਿੰਡ ਹੈ ਉੱਥੇ ਦੀ ਰਹਿਣ ਵਾਲੀ ਕੁੜੀ ਅੱਜ ਦੇਖੋ ਫਿਲਮਾਂ ਦੇ ਵਿੱਚ ਕੰਮ ਕਰ ਰਹੀ ਹੈ ਸ਼ੂਟਸ ਮਾਡਲਿੰਗ ਸ਼ੂਟਸ ਕਰ ਰਹੀ ਹੈ ਪ੍ਰੋਡਕਟ ਲਈ ਸ਼ੂਟਸ ਕਰ ਰਹੀ ਹੈ ਇਹ ਸਭ ਮਿਸਿਸ ਪੰਜਾਬ 2 ਜਿਹੜਾ ਸਾਡੇ ਪਰਮਿੰਦਰ ਜੀ ਨੇ ਇਹਨਾਂ ਦੀ ਬਦੌਲਤ ਮੈਂ ਚਾਹੁੰਗਾ ਕਿ ਸਮ ਵਰਡਸ ਬਾਏ ਸਮ੍ਰਿਤੀ ਥੈਂਕ ਯੂ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਸਹੀ ਕਿਹਾ ਬਿਲਕੁਲ ਤੁਸੀਂ ਭਈਆ ਨੇ ਕਿ ਮੈਂ ਬਹੁਤ ਛੋਟੇ ਪਿੰਡ ਤੋਂ ਹਾਂ ਮਤਲਬ ਕਦੀ ਵੀ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮਾਇਨੇ ਇਹ ਰੱਖਦਾ ਕਿ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਤੁਹਾਡੇ ਸੁਪਨੇ ਵੱਡੇ ਹੋਣੇ ਚਾਹੀਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਲਾਈਫ 'ਚ ਕੀ ਬਣਨਾ ਔਰ ਇਹ ਚੀਜ਼ ਮੈਨੂੰ ਮੇਰੇ ਬਚਪਨ ਤੋਂ ਹੀ ਕਲੀਅਰ ਸੀਗੀ ਅਤੇ ਮੈਂ ਜਦੋਂ ਤੋਂ ਹੋਸ਼ ਸੰਭਾਲੀ ਹੈ ਅਤੇ ਹਮੇਸ਼ਾ ਮੌਕੇ ਤਲਾਸ਼ਣੇ ਸ਼ੁਰੂ ਕੀਤੇ ਹੈ ਕਿ ਮੈਂ ਇਸ ਮੁਕਾਮ ਤੱਕ ਕਿੱਦਾਂ ਪਹੁੰਚਾਂਗੀ ਜੋ ਮੌਕੇ ਮਿਲੀਗੇ ਉਹ ਕਰੇਗੀ ਬਟ ਕਹਿ ਸਕਦੇ ਹੋ ਤੁਸੀਂ ਕਿ ਵਿਆਹ ਤੋਂ ਬਾਅਦ ਤਾਂ ਹਰ ਲੇਡੀ ਇਹ ਸੋਚਦੀ ਹੈ ਕਿ ਸ਼ਾਇਦ ਹੁਣ ਇੱਕ ਸਟੋਪ ਹੈ ਉਹ ਮੈਂ ਵੀ ਸੋਚ ਲਿਆ ਸੀਗਾ ਵਿਆਹ ਤੋਂ ਬਾਅਦ 2 ਸਾਲ ਮੈਂ ਲਾਈਕ ਆਪਣੇ ਹਸਬੈਂਡ ਦੇ ਨਾਲ ਉਹਨਾਂ ਦੇ ਬਿਜ਼ਨਸ ਵਿੱਚ ਹੀ ਸੀਗੀ ਅਤੇ 2 ਸਾਲ ਬਾਅਦ ਜਦੋਂ ਮੈਨੂੰ ਮਿਸਿਸ ਪੰਜਾਬ ਦਾ ਮੌਕਾ ਮਿਲਿਆ ਤਾਂ ਦੁਬਾਰਾ ਸਾਰੀ ਚੀਜ਼ਾਂ ਲੱਗੀਆਂ ਕਿ ਨਹੀਂ ਮੇਰੀ ਜਰਨੀ ਤਾਂ ਹੁਣ ਸਟਾਰਟ ਹੋਈ ਹੈ ਦੁਬਾਰਾ ਅਤੇ ਤੁਸੀਂ ਸਾਰੇ ਬਹੁਤ ਲੱਕੀ ਹੋ ਕਿ ਇਸੇ ਸਫ਼ਰ ਦਾ ਹਿੱਸਾ ਬਣਨ ਜਾ ਰਹੇ ਹੋ ਵੱਡੇ ਤੋਂ ਵੱਡਾ ਸਪਨਾ ਦੇਖੋ ਕੋਈ ਵੀ ਚੀਜ਼ ਇੱਦਾਂ ਦੀ ਨਹੀਂ ਹੈ ਦੁਨੀਆ ਦੇ ਵਿੱਚ ਜੋ ਪੂਰੀ ਨਾ ਹੋ ਸਕੇ ਬਸ ਤੁਹਾਡੇ ਵਿੱਚ ਜਜ਼ਬਾ ਹੋਣਾ ਚਾਹੀਦਾ ਉਹਨੂੰ ਪੂਰਾ ਕਰਨ ਦਾ ਔਰ ਮੈਂ ਹਮੇਸ਼ਾ ਹੀ ਥੈਂਕਸ ਕਰਦੀ ਹਾਂ ਪਰਮਿੰਦਰ ਸਰ ਅਤੇ ਹਰਪ੍ਰੀਤ ਮੈਮ ਦਾ ਕਿਉਂਕਿ ਉਹਨਾਂ ਨੇ ਸੱਚੀ ਵਿੱਚ ਜੇ ਮਿਸਿਸ ਪੰਜਾਬ ਦਾ ਸ਼ੋਅ ਨਹੀਂ ਹੁੰਦਾ ਇੱਕ ਪਲੇਟਫਾਰਮ ਨਹੀਂ ਹੁੰਦਾ ਤਾਂ ਸ਼ਾਇਦ ਮੈਂ ਦੁਬਾਰਾ ਆਪਣੇ ਵਿਆਹ ਤੋਂ ਬਾਅਦ ਆਪਣਾ ਕਰੀਅਰ ਕੰਟੀਨਿਊ ਨਹੀਂ ਕਰ ਪਾਉਂਦੀ ਸੋ ਤੁਹਾਡੇ ਸਾਰਿਆਂ ਨੂੰ ਆਲ ਦੀ ਬੈਸਟ ਕਿਸੇ ਨੇ ਘਬਰਾਉਣਾ ਨਹੀਂ ਹੈ ਆਪਣਾ ਬੈਸਟ ਦਿਓ ਕਿਸੇ ਨੂੰ ਕਾਪੀ ਨਹੀਂ ਕਰਨ ਦੀ ਕੋਸ਼ਿਸ਼ ਕਰਨੀ ਜੋ ਤੁਸੀਂ ਉਹ ਪੇਸ਼ ਕਰੋ ਠੀਕ ਹੈ ਆਲ ਦੀ ਬੈਸਟ ਥੈਂਕ ਯੂ ਸਰ ਥੈਂਕ ਯੂ ਜੀ ਅਤੇ ਸਾਡੇ ਅੱਜ ਦੇ ਇਸ ਮਿਸਿਸ ਅੰਮ੍ਰਿਤਸਰ ਪੰਜਾਬ 2019 ਦੇ ਜਿਹੜੇ ਮੇਨ ਜਿਹੜੇ ਸਪੋਂਸਰ ਨੇ ਉਹ ਨੇ ਮੈਡਮ ਕਰਨੀਤ ਕੌਰ
ਜਿਹੜੇ ਕਿ ਬੈਸਟ ਮੇਕਅਪ ਆਰਟਿਸਟ ਨੇ ਅੰਮ੍ਰਿਤਸਰ ਦੇ, ਉਹ ਸਾਰੇ ਅੱਜ ਦੇ ਇਸ ਈਵੈਂਟ ਨੂੰ ਸਪੋਂਸਰ ਵੀ ਕਰ ਰਹੇ ਨੇ। ਇਹਦੇ ਨਾਲ ਹੀ ਸਾਡੇ ਕੋ ਸਪੋਂਸਰ ਨੇ, ਸਾਡੇ ਰੋਟੇਰੀਅਨ ਸਾਡੇ ਦੋਸਤ ਨੇ, ਬੜੇ ਹਰਦਿਲ ਅਜੀਜ਼ ਨੇ, ਰਾਜੀਵ ਭਾਟੀਆ ਜੀ, ਇਹਨਾਂ ਦੀ ਫਰਮ ਹੈ ਗੋਪੀ ਚੰਦ ਕਿਸ਼ਨ ਲਾਲ ਭਾਟੀਆ, ਇਹ ਇੰਪੋਰਟਰਸ ਨੇ ਜੀ ਡਰਾਈ ਫਰੂਟਸ ਦੇ, ਅਤੇ ਨਾਲ ਸਪੈਸ਼ਲੀ ਆਲਮੰਡਸ ਜਿਹੜੇ ਕਹਿੰਦੇ ਓਰੀਜਨਲ ਰਿਚ ਆਲਮੰਡਸ ਜਿਹਨੂੰ ਖਾ ਕੇ ਤੁਸੀਂ ਆਪਣੀ ਸਿਹਤ ਬਣਾ ਸਕਦੇ ਹੋ, ਉਹਨਾਂ ਦਾ ਇੱਦਾਂ ਦਾ ਬਿਜ਼ਨਸ ਹੈ। ਸਾਡੀ ਪੂਰੀ ਟੀਮ ਵੱਲੋਂ ਤੁਹਾਡਾ ਵੀ ਵਾਰਮ ਵੈਲਕਮ ਹੈ ਸਰ ਅੱਜ ਦੇ ਇਸ ਈਵੈਂਟ ਦੇ ਵਿੱਚ। ਥੈਂਕ ਯੂ ਸੋ ਮੱਚ ਫੋਰ ਬੀਇੰਗ ਵਿਦ ਅਸ। ਔਰ ਮੇਰੇ ਨਾਲ ਹੀ ਸਾਡੇ ਇੱਕ ਰੋਟੇਰੀਅਨ ਮੇਰੇ ਦੋਸਤ ਕਰਨ ਸਿੰਘ ਜੀ ਸਾਡੇ ਨਾਲ ਤਸ਼ਰੀਫ ਫਰਮਾ ਨੇ, ਉਹਨਾਂ ਦੇ ਵੀ ਜ਼ੋਰਦਾਰ ਤਾਲੀਆਂ ਦੇ ਨਾਲ ਸਵਾਗਤ ਹੈ ਸਾਡੇ ਇਸ ਈਵੈਂਟ ਦੀ ਸ਼ੋਭਾ ਵਧਾਈ ਹੈ ਜਿਨ੍ਹਾਂ ਨੇ। ਇਸ ਤੋਂ ਇਲਾਵਾ ਸਾਡੇ ਦਰਮਿਆਨ ਪ੍ਰੈਸ ਦੇ ਨਾਲ ਜਿਹੜੇ ਰਿਲੇਟਡ ਦੋਸਤ ਮੌਜੂਦ ਨੇ, ਪੰਜਾਬ ਕੇਸਰੀ ਤੋਂ ਜਾਂ ਕਿਸੇ ਹੋਰ ਵੀ ਪੇਪਰ ਤੋਂ, ਸਫਰ ਸ਼ੁਕਲਾ ਸਾਹਿਬ ਨੇ, ਅਤੇ ਫੈਮਿਲੀ ਮੈਂਬਰਸ ਜਿਹੜੇ ਬੈਠੇ ਨੇ, ਸਪੈਸ਼ਲੀ ਨਾਲ ਸਾਊਂਡ ਵਾਲੇ ਜਿਨ੍ਹਾਂ ਨੇ ਤੁਹਾਨੂੰ ਵਧੀਆ ਵਧੀਆ ਗਾਣੇ ਤੁਹਾਡੇ ਨਾਲ ਟਰੈਕ ਦੇ ਨਾਲ ਚਲਾਉਣੇ ਨੇ, ਅਤੇ ਸਾਡੇ ਫੋਟੋਗ੍ਰਾਫਰੀ ਵਾਲੀ ਟੀਮ ਸਾਰੀ ਜਿਨ੍ਹਾਂ ਨੇ ਤੁਹਾਡੇ ਚਿਹਰਿਆਂ ਨੂੰ ਵਧੀਆ ਤਰੀਕੇ ਨਾਲ ਆਪਣੇ ਕੈਨਵਸ 'ਤੇ ਉਤਾਰਨਾ, ਸਾਰਿਆਂ ਦਾ ਵੈਰੀ ਵਾਰਮ ਵੈਲਕਮ ਹੈ। ਥੈਂਕਸ 'ਤੇ ਐਂਡ 'ਤੇ ਕਰਾਂਗੇ ਫੰਕਸ਼ਨ ਦੇ ਬਾਅਦ। ਹੁਣ ਮੇਰਾ ਸਾਰਿਆਂ ਨੂੰ ਬੜਾ ਨਿੱਘਾ ਜਿਹਾ ਸਵਾਗਤ ਹੈ, ਅਤੇ ਬਹੁਤ ਸਾਰੀਆਂ ਬੈਸਟ ਵਿਸ਼ਿਜ਼ ਨੇ ਇਹ ਖੂਬਸੂਰਤ ਜਿਹੜੀਆਂ ਮੁਟਿਆਰਾਂ ਬੈਠੀਆਂ ਨੇ। ਜਿਵੇਂ ਕਿ ਸਮ੍ਰਿਤੀ ਨੇ ਕਿਹਾ ਕਿ ਡਰਨਾ ਨਹੀਂ, ਬਿਲਕੁਲ ਆਪਣਾ ਬੈਸਟ ਦੇਣਾ, ਜੋ ਆਪਣੇ ਰੀਅਲ ਹੋ ਉਹੀ ਤੁਸੀਂ ਆਪਣੇ ਆਪ ਨੂੰ ਰੀਪ੍ਰਜੈਂਟ ਕਰਨਾ। ਬਾਕੀ ਤੁਹਾਡੇ ਸਾਰਿਆਂ ਨਾਲ ਬਾਹਰ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਹੋਈਆਂ, ਤੁਸੀਂ ਸਾਰਿਆਂ ਦੇ ਅੰਦਰ ਬਹੁਤ ਜ਼ਿਆਦਾ ਟੈਲੈਂਟ ਭਰਿਆ ਪਿਆ, ਬਸ ਅੱਜ ਨੂੰ ਬਾਹਰ ਕੱਢ ਦਿਓ ਇਸ ਰੈਂਪ ਦੇ ਉੱਤੇ ਵਧੀਆ ਤਰੀਕੇ ਦੇ ਨਾਲ। ਆਲ ਦਾ ਵੈਰੀ ਬੈਸਟ ਵਿਸ਼ਿਜ ਗਰਲਜ਼, ਹੇਅਰ ਇਜ਼ ਮਿਸਿਸ ਪੰਜਾਬ ਅੰਮ੍ਰਿਤਸਰ 2019। ਕੋਈ ਵੀ ਅੱਛਾ ਕੰਮ ਕਰਨੇ ਕੇ ਲੀਏ ਉੱਪਰ ਵਾਲੇ ਕੋ ਯਾਦ ਕੀਆ ਜਾਣਾ ਚਾਹੀਏ, ਔਰ ਉੱਪਰ ਵਾਲੇ ਕੋ ਯਾਦ ਕਰਨੇ ਕੇ ਲੀਏ ਸ਼ਮਾ ਕੋ ਜ਼ਰੂਰ ਰੋਸ਼ਨ ਕਰਨਾ ਚਾਹੀਏ। ਤੋ ਮੈਂ ਹਮਾਰੇ ਜੋ ਅੱਜ ਕੇ ਮਹਿਮਾਨ ਖਸੂਸੀ ਹੈ, ਹਮਾਰੇ ਸਾਹਮਣੇ ਜੋ ਪਿਆਰੇ ਪਿਆਰੇ ਚਿਹਰੇ ਬੈਠੇ ਹੈ, ਮੇਰੀ ਉਨ ਸਭ ਸੇ ਗੁਜ਼ਾਰਿਸ਼ ਹੈ ਕਿ ਪਲੀਜ਼ ਵੋ ਯਹਾਂ ਪੇ ਜੁਆਇਨ ਕਰੇਂ। लाल विराजे सुत गौरी हर को हाथ लिए गुड़ लड्डू साई सुरवर को महिमा कहे न जाए लाग कहूं पद को जय देव जय देव जय जय गणराज विद्या सुखदाता धन्य तुम्हारो दर्शन मेरा मन जमता जय देव जय देव संपत्ति सब ही भरपूर पावे ऐसे तुम महाराज मोको अति भावे होता अभिनंदन नित दिन गुण गावे जय देव जय देव जय जय जी गणराज विद्या सुखदाता धन्य तुम्हारो दर्शन मेरा मन रमता जय देव जय देव हटे फानूस बनकर जिसकी विरासत हवा करे वही शमा क्या बुझे उसे रोशन खुदा करे वही शमा क्या बुझे उसे रोशन खुदा करे ਮਿਸਿਸ ਪੰਜਾਬ 2019 ਪਹਿਲਾ ਰਾਊਂਡ ਰੈਪ ਰਾਊਂਡ ਦੇ ਉੱਤੇ ਤੁਸੀਂ ਆਪਣੇ ਹੁਨਰ ਦਾ, ਆਪਣੇ ਹੁਸਨ ਦਾ ਜਲਵਾ ਦੱਸਣਾ, ਅਤੇ ਸਭ ਤੋਂ ਪਹਿਲਾਂ ਮੇਰਾ ਜਿਹੜਾ ਸੱਦਾ ਟੈਗ ਨੰਬਰ 601 ਰਾਜਵਿੰਦਰ ਕੌਰ ਜੀ ਦੇ ਲਈ ਜ਼ੋਰਦਾਰ ਤਾਲੀਆਂ ਦੇ ਨਾਲ ਇਸਤਕਬਾਲ ਕਰੀਏ ਦੋਸਤੋ। I like this.
ਸਾਲ ਹਾਂ ਅਤੇ ਮੇਰੇ ਸ਼ੌਂਕ ਨੇ ਮਿਊਜ਼ਿਕ, ਡਾਂਸ, ਗਿੱਧਾ, ਭੰਗੜਾ। ਮੈਂ ਕੋਈ ਵੀ ਲੇਡੀ ਸੰਗੀਤ ਕਦੀ ਵੀ ਮਿਸ ਨਹੀਂ ਕਰਦੀ ਕਿਉਂਕਿ ਇਹ ਸਭ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ। ਅਤੇ ਮੈਂ ਫਸਟ ਈਅਰ ਵਿੱਚ ਪੜ੍ਹਦੀ ਸੀ ਜਦੋਂ ਮੇਰੀ ਮੈਰਿਜ ਸਰਦਾਰ ਕੁਲਦੀਪ ਸਿੰਘ ਜੀ ਦੇ ਨਾਲ ਹੋ ਗਈ, ਜੋ ਕਿ ਗਵਰਨਮੈਂਟ ਜੋਬ ਕਰਦੇ ਨੇ ਅਤੇ ਕੋਲਕਾਤਾ ਵਿੱਚ ਰਹਿੰਦੇ ਸੀ। ਅਤੇ 10 ਸਾਲ ਤੱਕ ਮੈਂ ਉੱਥੇ ਰਹੀ ਅਤੇ ਮੇਰਾ ਟੱਚ ਥੋੜ੍ਹਾ ਇਹ ਸਭ ਚੀਜ਼ਾਂ ਦੇ ਨਾਲ ਜਿਵੇਂ ਟੁੱਟ ਗਿਆ। ਮੈਂ ਬਹੁਤ ਮਿਸ ਕਰਦੀ ਸੀ ਜਦੋਂ ਮੈਨੂੰ ਅੰਮ੍ਰਿਤਸਰ ਤੋਂ ਫੋਨ ਆਉਂਦਾ ਸੀ ਕਿ ਯਾਰ ਫਲਾਨੇ ਦੀ ਮੈਰਿਜ ਆ ਅਤੇ ਉਹਦਾ ਨਾਮ ਲੇਡੀ ਸੰਗੀਤ ਆ, ਤਾਂ ਮੈਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਮਿਸ ਕਰਦੀ ਸੀ। ਅਤੇ ਵਾਪਸ 2012 ਦੇ ਵਿੱਚ ਮੇਰੇ ਹਸਬੈਂਡ ਨੇ ਆਪਣੇ ਹੋਮ ਟਾਊਨ ਅੰਮ੍ਰਿਤਸਰ ਵਿੱਚ ਟ੍ਰਾਂਸਫਰ ਲੈ ਲਈ, ਤਾਂ ਮੈਂ ਬਹੁਤ ਖੁਸ਼ ਸੀਗੀ ਕਿ ਚਲੋ ਵਾਪਸ ਅੰਮ੍ਰਿਤਸਰ 'ਚ ਆਈ। ਔਰ ਇੱਥੇ ਆ ਕੇ ਮੈਂ ਵਾਪਸ ਆਪਣੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਸਟੱਡੀਜ਼ ਕੰਪਲੀਟ ਕੀਤੀ, ਜਿਹਦੇ ਵਾਸਤੇ ਮੇਰੇ ਹਸਬੈਂਡ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਕਿ ਤੂੰ ਅਗਰ ਨਹੀਂ ਕਰ ਸਕੀ ਤਾਂ ਹੁਣ ਆਪਣੀ ਸਟੱਡੀ ਨੂੰ ਕੰਪਲੀਟ ਕਰ। ਤਾਂ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਹੁਣ ਮੈਂ ਮਤਲਬ ਤੁਹਾਡੇ ਸਾਹਮਣੇ ਇਸ ਪਲੇਟਫਾਰਮ 'ਤੇ ਹਾਂ। ਅਤੇ ਹੁਣ ਮੈਂ ਥੈਂਕਸ ਕਰਦੀ ਹਾਂ ਸਰ 9 to 9 ਐਂਟਰਟੇਨਮੈਂਟ ਦਾ, ਜਿਨ੍ਹਾਂ ਨੇ ਮੇਰੇ ਮਤਲਬ ਜੋ ਬਚਪਨ ਦੇ ਸੁਪਨੇ ਸੀਗੇ ਉਹਨਾਂ ਨੂੰ ਪੂਰਾ ਕਰਨ ਵਿੱਚ ਮਤਲਬ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਆ ਕਿ ਅੱਜ ਮੈਂ ਇਸ ਪਲੇਟਫਾਰਮ 'ਤੇ ਖੜ੍ਹੀ ਹਾਂ। ਜੋ ਮੈਂ ਉਦੋਂ ਨਹੀਂ ਕਰ ਸਕੀ ਉਹ ਮੈਂ ਅੱਜ ਕਰਾਂਗੀ। ਅਤੇ ਮੇਰੇ ਦੋ ਬੱਚੇ ਨੇ, 17 ਸਾਲ ਹੋ ਗਏ ਨੇ ਮੇਰੀ ਮੈਰਿਜ ਨੂੰ, ਅਤੇ ਮੇਰਾ ਇੱਕ ਬੇਟਾ ਹੈ 16 ਸਾਲ ਦਾ ਅਤੇ ਇੱਕ ਬੇਟਾ 11 ਸਾਲ ਦਾ। ਥੈਂਕ ਯੂ। ਹਾਂਜੀ, ਰਾਜਵਿੰਦਰ ਕੌਰ ਜੀ, ਹਾਂਜੀ ਮੈਮ, ਕੀ ਹਾਲ ਚਾਲ ਨੇ? ਠੀਕ ਠਾਕ, ਵਧੀਆ, ਤੁਸੀਂ ਸੁਣਾਓ ਮੈਮ? ਪੰਜਾਬੀ ਆਊਟਫਿਟ 'ਚ ਬਹੁਤ ਅੱਛੇ ਲੱਗ ਰਹੇ ਹੋ। ਥੈਂਕ ਯੂ ਮੈਮ। ਓਕੇ, ਅੱਛਾ, ਤੁਸੀਂ ਕਿਹਾ ਨਾ ਤੁਹਾਨੂੰ ਮਤਲਬ ਪੰਜਾਬੀ ਮਿਊਜ਼ਿਕ ਐਂਡ ਭੰਗੜੇ ਦਾ ਬਹੁਤ ਸ਼ੌਂਕ ਹੈ ਗਿੱਧੇ ਦਾ, ਹੈ ਨਾ? ਅਤੇ ਚਲੋ ਸਾਡੇ ਲਈ ਦੋ ਕੋਈ ਲਾਈਨਾਂ ਸੁਣਾ ਦਿਓ ਫੋਕ ਸੌਂਗ ਦੀਆਂ। ਫੋਕ ਸੌਂਗ ਦੀਆਂ? ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ, ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਘ ਮਾਇਆ। ਥੈਂਕ ਯੂ, ਥੈਂਕ ਯੂ। ਰਾਜਵਿੰਦਰ, ਤੁਹਾਨੂੰ ਕਿੱਥੋਂ ਪਤਾ ਚੱਲਿਆ ਵੈਸੇ ਮਿਸਿਸ ਪੰਜਾਬ ਬਾਰੇ? ਮੈਮ, ਇਹ ਮੇਰੀ ਇੱਕ ਫਰੈਂਡ ਨੇ ਮੈਨੂੰ ਦੱਸਿਆ ਕਿ ਇਹ ਆਡੀਸ਼ਨਸ ਹੋ ਰਹੇ ਨੇ ਅਤੇ ਇਹ ਮਤਲਬ ਤੂੰ ਇੱਥੇ ਜਾ ਅਤੇ ਪਾਰਟੀਸਪੇਟ ਕਰ, ਕਿਉਂਕਿ ਥੋੜ੍ਹੇ ਦਿਨ ਪਹਿਲਾਂ ਮੈਮ ਇੱਕ ਨਾ ਤੀਜ ਦਾ ਫੰਕਸ਼ਨ ਹੋਇਆ ਸੀਗਾ ਅਤੇ ਉੱਥੇ ਵੀ ਮੈਨੂੰ ਨਾ ਤੀਜ ਕੁਈਨ ਦਾ ਅਵਾਰਡ ਮਿਲਿਆ। ਤਾਂ ਉਹ ਇਸ ਚੀਜ਼ ਤੋਂ ਬਹੁਤ ਹੋਈ ਕਿ ਯਾਰ ਤੇਰੇ ਵਿੱਚ ਤਾਂ ਟੈਲੈਂਟ ਹੈਗਾ ਆ ਅਤੇ ਤੈਨੂੰ ਜਾਣਾ ਚਾਹੀਦਾ ਆ, ਅਤੇ ਉਹਨੇ ਹੀ ਇਸ ਆਡੀਸ਼ਨਸ ਦੇ ਬਾਰੇ ਮੈਨੂੰ ਜਾਣਕਾਰੀ ਦਿੱਤੀ। ਚਲੋ, ਨਾਈਸ, ਐਜ ਏ ਫਰੈਂਡਸ ਹੋਣੇ ਚਾਹੀਦੇ ਨੇ ਸਾਰਿਆਂ ਦੇ। ਥੈਂਕ ਯੂ ਰਾਜਵਿੰਦਰ। ਔਰ ਮੈਂ ਇਸ ਲਈ ਉਹਦਾ ਵੀ ਇਸ ਮੰਚ ਤੋਂ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨੇ ਮੈਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਮੈਂ ਇੱਥੇ ਆ ਸਕੀ। ਓਕੇ, ਦੈਟਸ ਗੁੱਡ, ਥੈਂਕ ਯੂ। ਰਾਜਵਿੰਦਰ, ਤੁਸੀਂ ਦੱਸਿਆ ਕਿ ਤੁਸੀਂ ਕੈਲਕਟਾ ਵੀ ਰਹੇ, ਹੈ ਨਾ? ਕਿੰਨੇ ਸਾਲ ਰਹੇ ਸੀ ਤੁਸੀਂ ਉੱਥੇ? 10 ਸਾਲ ਰਹੇ। ਅਤੇ ਤੁਸੀਂ ਉੱਥੇ, ਉੱਥੋਂ ਦੀ ਕੋਈ ਖੂਬੀ ਦੱਸੋ ਮੈਨੂੰ ਜੋ ਤੁਹਾਨੂੰ ਉੱਥੇ ਰਹਿ ਕੇ ਤੁਸੀਂ ਓਬਜ਼ਰਵ ਕੀਤੀ ਕਿ ਇਹ ਚੀਜ਼ ਆਪਣੇ ਪੰਜਾਬ 'ਚ ਨਹੀਂ ਆ, ਉੱਥੇ ਹੋਣੀ ਚਾਹੀਦੀ ਹੈ? ਮੈਮ, ਸਭ ਤੋਂ ਵੱਡੀ ਜਿਹੜੀ ਮੈਨੂੰ ਕਲਕੱਤੇ ਦੀ ਖੂਬੀ ਲੱਗੀ ਕਿ ਮੈਮ ਉਹ ਕੁੜੀਆਂ ਨੂੰ ਬਹੁਤ ਜ਼ਿਆਦਾ ਮਤਲਬ ਇੰਸਪਾਇਰ ਕਰ, ਕੋਈ ਵੀ ਕੁੜੀਆਂ ਕੰਮ ਕਰਨ ਨੂੰ ਰੋਕਦੇ ਨਹੀਂ। ਮੈਮ, ਰਾਤ ਦੇ 10 ਵਜੇ ਤੁਸੀਂ ਦੇਖੋਗੇ ਨਾ ਕਿ ਕੁੜੀਆਂ ਟਿਊਸ਼ਨਸ ਪੜ੍ਹ ਕੇ ਆ ਰਹੀਆਂ, ਔਰ ਆਪਣੀ ਮਰਜ਼ੀ ਨਾਲ ਜੋ ਵੀ, ਜਿਵੇਂ ਸਾਡੇ ਇੱਥੇ ਕੰਜ਼ਰਵੇਟਿਵ ਜੀ ਸੋਚ ਹੈ ਨਾ ਕਿ ਕੁੜੀਆਂ ਐਂ ਨਹੀਂ ਕਰ ਸਕਦੀਆਂ, ਐਂ ਨਹੀਂ ਕਰ ਸਕਦੀਆਂ, ਉਵੇਂ ਦੀ ਸੋਚ ਉੱਥੇ ਨਹੀਂ ਆ। ਔਰ ਮੈਮ, ਮੈਂ ਫਸਟ ਟਾਈਮ ਜਾ ਕੇ ਨੋਟਿਸ ਕੀਤਾ ਕਿ ਮੈਮ ਉੱਥੇ ਕੋਈ ਲੜਕਾ ਜਾਂ ਲੜਕੀ ਕਿਸੇ ਨੂੰ ਕੋਈ ਕਮੈਂਟ ਹੀ ਨਹੀਂ ਕਰਦਾ। ਮੈਮ, ਇੱਦਾਂ ਬੜੇ ਆਰਾਮ ਨਾਲ ਕੁੜੀਆਂ ਬੱਸਿਸ ਵਿੱਚ ਇੱਦਾਂ ਜਾ ਰਹੇ ਹੋ ਤੁਸੀਂ, ਕੋਈ ਕੋਈ ਤੁਹਾਨੂੰ ਵਲਗਰ ਲੈਂਗੁਏਜ ਵਿੱਚ ਕੁਛ ਨਹੀਂ ਬੋਲਦਾ, ਜਾਂ ਮਤਲਬ ਮੈਮ ਉਹ ਮਤਲਬ ਗਰਲਸ ਲਈ ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਹਾਂ ਮੈਮ, ਔਰ ਵੈਸੇ ਵੀ ਮੈਮ ਉਹ ਮਤਲਬ ਕਲਚਰ ਵਾਈਜ਼ ਵੀ ਤੁਸੀਂ ਦੇਖੋਗੇ ਮੈਮ ਉਹ ਬਹੁਤ ਜ਼ਿਆਦਾ ਮਤਲਬ ਰਿਚ ਨੇ, ਔਰ ਜੋ ਵੀ ਸਿੰਗਰਸ ਜ਼ਿਆਦਾਤਰ ਨਿਕਲਦੇ ਤੁਸੀਂ ਦੇਖੋਗੇ ਬੰਗਾਲ 'ਚੋਂ ਹੀ ਆਉਂਦੇ ਨੇ ਅਤੇ ਉਹ ਬੰਗਾਲ ਦੇ ਬਹੁਤ ਜ਼ਿਆਦਾ। ਇੱਥੋਂ ਦੀ ਆਪਣੇ ਪੰਜਾਬ ਦੀ ਕੋਈ ਚੀਜ਼ ਤੁਸੀਂ ਉੱਥੇ ਲੈ ਕੇ ਜਾਣਾ ਚਾਹੋ, ਮਤਲਬ ਕੋਈ ਇੱਕ ਖੂਬੀ ਆਪਣੇ ਪੰਜਾਬ ਦੀ ਤੁਸੀਂ ਕੈਲਕਟਾ ਦੇ ਵਿੱਚ? ਮੈਮ, ਪੰਜਾਬ ਦੇ ਲੋਕ ਜਿਹੜੇ ਨੇ ਨਾ ਇਹ ਬਹੁਤ ਖੁੱਲ੍ਹ ਦਿਲੇ ਨੇ, ਅਤੇ ਮੈਮ ਉਹ ਲੋਕ ਥੋੜ੍ਹੇ ਨਾ ਮਤਲਬ ਜ਼ਿਆਦਾ ਹੀ ਸੋਚਦੇ ਹਰ ਇੱਕ ਚੀਜ਼ ਨੂੰ ਨਾ, ਉਨੀ ਹਰ ਇੱਕ ਚੀਜ਼ ਚਿਕ 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 ਕਰਦੇ ਨੇ, ਤਾਂ ਇੱਥੇ ਤਾਂ ਮਤਲਬ ਆਰਾਮ ਨਾਲ ਕੋਈ ਗੱਲ ਨਹੀਂ ਹੋ ਜਾਏਗਾ, ਠੀਕ ਹੈ, ਕੋਈ ਗੱਲ ਨਹੀਂ, ਤਾਂ ਥੋੜ੍ਹਾ ਜਿਹਾ ਮਤਲਬ ਬੰਦੇ ਨੂੰ ਖੁੱਲ੍ਹ ਦਿਲਾ ਵੀ ਹੋਣਾ ਚਾਹੀਦਾ ਆ। ਠੀਕ ਹੈ, ਥੈਂਕ ਯੂ। ਥੈਂਕ ਯੂ ਮੈਮ। ਰੈਂਪ 'ਤੇ ਸੱਦਾ ਦੇਈਏ ਬਹੁਤ ਹੀ ਖੂਬਸੂਰਤ ਕੰਟੈਸਟੈਂਟ, ਟੈਗ ਨੰਬਰ 602, ਮਿਸਿਸ ਰਸ਼ਮੀ। Thank you.
ਨਖਰੋ ਪੂਰੀ ਤੇ ਸਹੇਲੀਆਂ ਦਾ ਮਾਣ ਆ ਤੀਆਂ ਪੰਜਾਬਣਾ ਦੀ ਤਾਂ ਹੀ ਵੱਖਰੀ ਪਹਿਚਾਣ ਆ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਸ਼ਮੀ ਹੈ ਡਾਟਰ ਆਫ ਸ਼੍ਰੀ ਸਤੀ ਸ਼ਰਮਾ ਐਂਡ ਵਾਈਫ ਆਫ ਮਿਸਟਰ ਮਨੂ ਪ੍ਰਭਾਕਰ ਮੇਰੇ ਵਿਆਹ ਨੂੰ 10 ਸਾਲ ਹੋ ਗਏ ਨੇ ਮੇਰੇ ਦੋ ਛੋਟੇ ਛੋਟੇ ਬੇਟੇ ਨੇ ਛੋਟੇ ਨਹੀਂ ਇੱਕ ਵੱਡਾ ਹੈ 8 ਸਾਲ ਦਾ ਅਤੇ ਦੂਸਰਾ 3 ਸਾਲ ਦਾ ਮੈਂ ਵੈਸਟਰਨ ਮੇਰੀਆਂ ਹੋਬੀਜ਼ ਨੇ ਡਾਂਸ ਸਿੰਗਿੰਗ ਲਾਈਕ ਆਈ ਐਮ ਨੋਟ ਪ੍ਰੋਫੈਸ਼ਨਲ ਸਿੰਗਰ ਬਟ ਮੈਨੂੰ ਬਹੁਤ ਸ਼ੌਂਕ ਹੈ ਗਾਣੇ ਗਾਉਣ ਦਾ ਨੱਚਣਾ ਟੱਪਣਾ ਮਾਡਲਿੰਗ ਕਰਨਾ ਇਹਨਾਂ ਚੀਜ਼ਾਂ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਮੈਂ ਵੈਸਟਰਨ ਕਲਚਰ ਅਤੇ ਪੰਜਾਬੀ ਕਲਚਰ ਦੋਨਾਂ ਨੂੰ ਫੋਲੋ ਕਰਦੀ ਹਾਂ ਮੇਰੀ ਸੋਚ ਦੇ ਅਕੋਰਡਿੰਗ ਜੇ ਤੁਸੀਂ ਵੈਸਟਰਨ ਕਲਚਰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਵੈਸਟਰਨ ਕਲਚਰ ਪੰਜਾਬ 'ਚ ਰਹਿ ਕੇ ਵੈਸਟਰਨ ਕਲਚਰ ਨੂੰ ਫੋਲੋ ਨਹੀਂ ਕਰਨਾ ਅੱਜ ਦੇ ਟਾਈਮ ਦੀ ਡਿਮਾਂਡ ਹੈ ਕਿ ਸਾਨੂੰ ਦੋਨੋਂ ਕਲਚਰ ਫੋਲੋ ਕਰਨੇ ਚਾਹੀਦੇ ਬਟ ਉਹਦੇ ਨਾਲ ਵੈਸਟਰਨ ਦੇ ਨਾਲ ਸਾਨੂੰ ਆਪਣੇ ਪੰਜਾਬੀ ਕਲਚਰ ਨੂੰ ਭੁੱਲਣਾ ਨਹੀਂ ਚਾਹੀਦਾ ਮੈਂ 6 ਸਾਲ ਬਾਹਰ ਰਹਿ ਕੇ ਆਈ ਹਾਂ ਬਟ ਅੱਜ ਵੀ ਸਾਡੇ ਘਰ ਵਿੱਚ ਪੰਜਾਬੀ ਲੈਂਗੁਏਜ ਹੀ ਯੂਜ਼ ਕੀਤੀ ਜਾਂਦੀ ਹੈ ਈਵਨ ਮੈਂ ਮੇਰੇ ਹਸਬੈਂਡ ਇਸ ਟਾਈਮ ਮੇਰੇ ਨਾਲ ਨਹੀਂ ਰਹਿ ਰਹੇ ਬਟ ਮੈਂ ਫਿਰ ਵੀ ਪੰਜਾਬ ਵਿੱਚ ਰਹਿਣਾ ਹੀ ਪ੍ਰੀਫਰ ਕੀਤਾ ਅਤੇ ਇੱਥੇ ਹੀ ਬੱਚਿਆਂ ਦੀ ਸਟੱਡੀ ਹਜੇ ਕੰਟੀਨਿਊ ਕਰਵਾ ਰਹੀ ਹਾਂ ਧੰਨਵਾਦ ਵੈਰੀ ਗੁੱਡ ਪਹਿਲੇ ਤਾਂ ਸਤਿ ਸ਼੍ਰੀ ਅਕਾਲ ਤੁਸੀਂ ਬਹੁਤ ਹੀ ਪਿਆਰੇ ਲੱਗ ਰਹੇ ਹੋ ਥੈਂਕ ਯੂ ਸੋ ਮੱਚ ਮੈਮ ਤੁਸੀਂ ਜਿਵੇਂ ਤੁਸੀਂ ਦੱਸਿਆ ਪਹਿਲੇ ਕਿ ਤੁਸੀਂ ਬਾਹਰ ਰਹਿ ਕੇ ਆਏ ਹੋ ਕਿੱਥੋਂ ਰਹਿ ਕੇ ਆਏ ਹੋ ਅਮੈਰੀਕਾ ਵਾਹ ਅਤੇ ਫਿਰ ਤੁਸੀਂ ਵਾਪਸ ਇੱਥੇ ਆਉਂਦੇ ਹੋ ਐਕਚੁਅਲੀ ਮੇਰੇ ਹਸਬੈਂਡ ਸੋਫਟਵੇਅਰ ਇੰਜੀਨੀਅਰ ਨੇ ਅਤੇ ਉਹਨਾਂ ਦੀ ਕੰਪਨੀ ਜਿਸ ਕੰਪਨੀ 'ਚ ਟੈਕ ਮਹਿੰਦਰਾ 'ਚ ਕੰਮ ਕਰਦੇ ਉਹਨਾਂ ਨੇ ਸਾਨੂੰ ਬਾਹਰ ਭੇਜਿਆ ਪ੍ਰੋਜੈਕਟ ਹੈ ਉਹਨਾਂ ਦਾ ਅਤੇ 6 ਈਅਰ ਦਾ ਪ੍ਰੋਜੈਕਟ ਸੀ ਹੁਣ ਉਹ ਇਸ ਟਾਈਮ ਬੈਂਗਲੌਰ ਵਿੱਚ ਨੇ ਅਤੇ ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇੱਥੇ ਪੰਜਾਬ ਵਿੱਚ ਇਸ ਲਈ ਰਹਿਣਾ ਚਾਹੁੰਦੀ ਹਾਂ ਕਿਉਂਕਿ ਮੇਰੇ ਪੇਕੇ ਅਤੇ ਸਹੁਰੇ ਦੋਨੋਂ ਹੀ ਇੱਥੇ ਪੰਜਾਬ ਵਿੱਚ ਨੇ ਅਤੇ ਮੈਨੂੰ ਇਹ ਕਿ ਬੱਚਿਆਂ ਨੂੰ ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਆਉਣਾ ਵੀ ਬਹੁਤ ਜ਼ਰੂਰੀ ਹੈ ਉਹ ਮੈਂ ਉੱਥੇ ਜਾ ਕੇ ਰਿਅਲਾਈਜ਼ ਕੀਤਾ ਜਦੋਂ ਮੇਰੇ ਬੱਚੇ ਸਿਰਫ ਇੰਗਲਿਸ਼ 'ਚ ਗੱਲ ਕਰਦੇ ਸੀ ਆਪਣੇ ਨਾਨਾ ਨਾਨੀ ਨਾਲ ਅਤੇ ਦਾਦਾ ਦਾਦੀ ਨਾਲ ਬਿਲਕੁਲ ਵੀ ਕੰਟੈਕਟ ਵਿੱਚ ਨਹੀਂ ਸੀ ਅਤੇ ਹੁਣ ਉਹ ਮੇਰੇ ਤੋਂ ਵੀ ਜ਼ਿਆਦਾ ਪੰਜਾਬੀ ਬੋਲਦੇ ਨੇ ਦੇਸੀ ਮਹੀਨਿਆਂ ਦੇ ਨਾਮ ਫਲਾਣੇ ਇੰਨਾ ਮੈਨੂੰ ਨਹੀਂ ਆਉਂਦਾ ਜਿੰਨਾ ਉਹਨਾਂ ਨੂੰ ਹੁਣ ਪੰਜਾਬੀ ਵਿੱਚ ਗੱਲ ਕਰਨੀ ਆਉਂਦੀ ਹੈ ਅਤੇ ਮੈਂ ਐਜ਼ ਬਾਈ ਪ੍ਰੋਫੈਸ਼ਨ ਟੀਚਰ ਵੀ ਹਾਂ ਉਸੇ ਸਕੂਲ ਵਿੱਚ ਜਿੱਥੇ ਮੇਰੇ ਬੱਚੇ ਪੜ੍ਹਦੇ ਨੇ ਬਹੁਤ ਵਧੀਆ ਗੱਲ ਹੈ ਪਰ ਜ਼ਰੂਰੀ ਨਹੀਂ ਹੈ ਤੁਸੀਂ ਕੋਈ ਵੀ ਲੈਂਗੁਏਜ ਹੋਵੇ ਪੰਜਾਬੀ ਤਾਂ ਹੈ ਹੀ ਉਹ ਸਾਡੀ ਮਦਰ ਲੈਂਗੁਏਜ ਹੈ ਪਰ ਹਰ ਲੈਂਗੁਏਜ ਦੀ ਰਿਸਪੈਕਟ ਹਾਂਜੀ ਹਰ ਲੈਂਗੁਏਜ ਦੀ ਰਿਸਪੈਕਟ ਔਰ ਬੱਚੇ ਉਹੀ ਕਰਦੇ ਨੇ ਜੋ ਮਾਂ ਪਿਓ ਸਿੱਖਦੇ ਆਪਣੇ ਆਪ ਸਿੱਖ ਲੈਂਦੇ ਹਾਂਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਤੁਸੀਂ ਜੁਲਰੀ ਪਾਈ ਹੈ ਹਾਂਜੀ ਇਹ ਕੀ ਇਹਨੂੰ ਪੰਜਾਬੀ ਜੁਲਰੀ ਹੈ ਨਾ ਕੀ ਨਾਮ ਹੈ ਇਹਨੂੰ ਕੀ ਕਹਿੰਦੇ ਨੇ ਜਿਹਨੂੰ ਮੰਗ ਟਿੱਕਾ ਕਹਿੰਦੇ ਆ ਇਹਨੂੰ ਕਾਂਟੇ ਛੱਲੇ ਵੀ ਕਹਿੰਦੇ ਆ ਅਤੇ ਇਹਨੂੰ ਤਵੀਤੜੀਆਂ ਕਹਿੰਦੇ ਆ ਕਾਂਟਿਆਂ ਨੂੰ ਹੋਰ ਵੀ ਕੁਝ ਕਹਿੰਦੇ ਆ ਮੈਮ ਨੇ ਕੁਛ ਤਾਂ ਹੀ ਕਹਿੰਦੇ ਮੇਰੀ ਯਾਦ ਛੱਲੇ ਕਹਿੰਦੇ ਆ ਛੱਲੇ ਦੂਜੇ ਛੱਲੇ ਤੇ ਹਾਂ ਯਾਦ ਨਹੀਂ ਆ ਰਿਹਾ ਮੈਮ ਨੇ ਹੁਣੇ ਦਾ ਆਨਸਰ ਦਿੱਤਾ ਹੈ ਕੰਨਾਂ 'ਤੇ ਤਾਂ ਮੈਂ ਈਅਰਿੰਗਸ ਲਾਈਕ ਔਰਨਾਮੈਂਟਸ ਲਾਈਕ ਹੈ ਉਹਦੇ ਡਿਫਰੈਂਟ ਡਿਫਰੈਂਟ ਸਟਾਈਲਸ ਨੇ ਕਿ ਪੰਜਾਬਣ ਨੂੰ ਮਤਲਬ ਕਿ ਕਰਦੇ ਨੇ ਪੰਜਾਬੀਅਤ ਨੂੰ ਰਿਪ੍ਰੈਜ਼ੈਂਟ ਕਰਦੇ ਨੇ ਇਹ ਜਿਹਾ ਕੀ ਨਾਮ ਹੈ ਇਹ ਕੰਨਾਂ 'ਚ ਪਾਉਣ ਵਾਲੇ ਇਹ ਜਿਹੇ ਕਿਹੜੇ ਔਰਨਾਮੈਂਟਸ ਹੈ ਬੜੇ ਗਾਣਿਆਂ ਵਿੱਚ ਵੀ ਬੋਲਿਆ ਜਾਂਦਾ ਹੈ ਨਹੀਂ ਹਾਂ ਮੈਂ ਤਾਂ ਕਾਂਟੇ ਹੀ ਬੋਲਦੀ ਹਾਂ ਪੀਪਲ ਪੱਤੀ ਵੀ ਹੈ ਹਾਂਜੀ ਪੀਪਲ ਪੱਤੀ ਜੋ ਸਾਡੇ ਪੰਜਾਬੀ ਜੁਲਰੀ ਜਿਹੜੀ ਹੈ ਪੰਜਾਬੀ ਪ੍ਰੋਪਰ ਲੋਟਨ ਜਾਂ ਫਿਰ ਪੀਪਲ ਪੱਤੀਆਂ ਚੁੰਮਕੇ ਵੀ ਹਾਂ ਉਹ ਤੇ ਆਪਾਂ ਕਹਿੰਦੇ ਹੀ ਆ ਇਅਰਿੰਗਸ ਉਹ ਸਾਡਾ ਸਭ ਮਿਕਸ ਹੈ ਪੰਜਾਬੀ ਹੈ ਹੀ ਇੰਨੇ ਵਧੀਆ ਕਿ ਉਹ ਹਰ ਕਲਚਰ ਨੂੰ ਆਪਣੇ ਅੰਦਰ ਲੈ ਲੈਂਦੇ ਨੇ ਤੇ ਇਸ ਕਰਕੇ ਬਹੁਤ ਵਧੀਆ ਥੈਂਕ ਯੂ ਸੋ ਮਚ ਰਸ਼ਮੀ ਜੀ ਹਾਂਜੀ ਸਰ ਤੁਸੀਂ ਅਮਰੀਕਾ ਤੋਂ ਰਹਿ ਕੇ ਆਏ ਹੋ ਔਰ ਸਭ ਤੋਂ ਵੱਡੀ ਗੱਲ ਮੈਨੂੰ ਇਹ ਅੱਛੀ ਲੱਗੀ ਕਿ ਤੁਹਾਡੇ ਬੱਚੇ ਅੱਜ ਵੀ ਪੂਰੀ ਤਰ੍ਹਾਂ ਪੰਜਾਬੀ ਨੂੰ ਅਪਣਾਇਆ ਹੋਇਆ ਔਰ ਇਸ ਵਾਸਤੇ ਮੈਂ ਇਹਨਾਂ ਦੀ ਤਾਰੀਫ ਕਰਦਾ ਔਰ ਸਾਰਿਆਂ ਨੂੰ ਕਹਿੰਦਾ ਕਿ ਇੱਕ ਵਾਰ ਜ਼ੋਰਦਾਰ ਕਲੈਪਿੰਗ ਕਰਨ ਇਹਨਾਂ ਵਾਸਤੇ ਕਿ ਅਮੈਰੀਕਾ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਇਹਨਾਂ ਨੇ ਆਪਣੀ ਪੰਜਾਬੀ ਨੂੰ ਨਹੀਂ ਭੁੱਲਿਆ ਔਰ ਬੱਚਿਆਂ ਨੂੰ ਵੀ ਪੰਜਾਬੀ ਦੇ ਨਾਲ ਜੋੜ ਕੇ ਰੱਖਿਆ ਹੈ ਔਰ ਪੰਜਾਬੀ ਪਹਿਰਾਵੇ ਦੇ ਵਿੱਚ ਆਏ ਨੇ ਔਰ ਬੜੇ ਸੁੰਦਰ ਲੱਗਦੇ ਪਏ ਹੋ ਇਹ ਪਹਿਰਾਵੇ ਦੇ ਵਿੱਚ ਹੈ ਜਿਹੜਾ ਥੱਲੇ ਤੁਸੀਂ ਵੇਅਰ ਕੀਤਾ ਹੋਇਆ ਲੋਅਰ ਇਹਨੂੰ ਕੀ ਕਹਿੰਦੇ ਨੇ ਗੋਟਾ ਇਹਨੂੰ ਲਹਿੰਗਾ 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 ਕਦੋਂ ਪਾਇਆ ਜਾਂਦਾ ਹੈ ਇਹ ਪੰਜਾਬ ਅੱਜ ਕੱਲ੍ਹ ਜਿਹੜਾ ਇਹ ਲਹਿੰਗਾ ਅਤੇ ਚੋਲੀ ਜਾਂ ਘੱਗਰਾ ਦੁਪੱਟਾ ਇਹ ਕਦੋਂ ਪਾਉਂਦੇ ਨੇ ਗਿੱਧੇ 'ਚ
ਗਿੱਧੇ 'ਚ ਤੇ ਤੁਹਾਨੂੰ ਗਿੱਧੇ ਦੀ ਬੋਲੀ ਆਉਂਦੀ ਹੈ, ਤੁਸੀਂ ਹੁਣੇ ਕਿਹਾ ਸੀਗਾ ਕਿ ਮੈਨੂੰ ਡਾਂਸ ਤੇ ਗਾਉਣ ਦਾ ਬੜਾ ਸ਼ੌਕ, ਗਿੱਧੇ ਦੀ ਬੋਲੀ ਪਾ ਕੇ ਤੇ ਇੱਕ ਵਾਰ ਗਿੱਧਾ ਪਾ ਕੇ ਦਿਖਾਓ। ਠੀਕ ਹੈ ਜੀ। ਤੁਸੀਂ ਕਦੀ ਵੈਸੇ ਯੂਥ ਫੈਸਟੀਵਲ ਜਾਂ ਕਦੇ ਗਿੱਧਾ ਪਾਇਆ? ਹਾਂਜੀ, ਮੈਂ ਹੁਣ ਵੀ ਜਿੱਥੇ ਟੀਚਰ ਹਾਂ ਉੱਥੇ ਸਭ ਤੋਂ ਪਹਿਲਾਂ ਪਾਰਟੀਸਪੈਂਟ ਮੈਂ ਹੀ ਹੁੰਦੀ ਹਾਂ, ਮੈਨੂੰ ਬਹੁਤ ਸ਼ੌਂਕ ਹੈ। ਤਾਂ ਹੀ ਮੈਂ, ਮੇਰੇ ਨਾਲ ਲਤਿਕਾ ਮੈਮ ਬੈਠੇ ਨੇ, ਮੈਂ ਹੁਣੇ ਵੇਖ ਰਿਹਾ ਸੀਗਾ ਥੋੜ੍ਹਾ ਤੁਸੀਂ ਬੀਟ ਤੋਂ ਬਾਹਰ ਕਰ ਰਹੇ ਸੀਗੇ, ਬਾਕੀ ਸਾਰੇ ਗਿੱਧੇ ਦੇ ਨਾਲ ਤੁਹਾਡੇ ਪੈਰ ਨਹੀਂ ਸੀ ਮਿਲਦੇ ਪਏ, ਬੀਟ ਤੋਂ ਬਾਹਰ ਸੀਗੇ ਤੁਸੀਂ। ਮੈਮ ਤਾਂ ਹੈਗੇ ਹੀ ਨੇ, ਮੈਨੂੰ ਵੀ ਥੋੜ੍ਹਾ ਬਹੁਤਾ ਡਾਂਸ ਦੀ ਨੌਲੇਜ ਹੈਗੀ ਹੈ, ਔਰ ਸਾਰਿਆਂ ਨੂੰ ਇਹ ਹੁੰਦੀ ਆ ਕਿ ਬੀਟ ਦੇ ਵਿੱਚ ਡਾਂਸ ਕਰਨਾ, ਚਾਹੇ ਉਹ ਵੈਸਟਰਨ ਡਾਂਸ ਆ, ਗਿੱਧਾ ਆ, ਭੰਗੜਾ, ਬੀਟ ਦੇ ਵਿੱਚ ਡਾਂਸ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ। ਲਤਿਕਾ ਮੈਮ, ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਜਦੋਂ ਤੁਸੀਂ ਰੈਂਪ ਵਾਕ ਕਰਕੇ ਆ ਰਹੇ ਹੋ ਤਾਂ ਇੰਟਰੈਕਸ਼ਨ ਵਾਸਤੇ ਪਲੀਜ਼ ਆਪਣੀ ਤੁਸੀਂ ਇੰਟਰੋ ਥੋੜ੍ਹੀ ਦੇਣੀ ਹੈ। ਠੀਕ ਹੈ, ਥੈਂਕ ਯੂ। ਬਹੁਤ ਅੱਛਾ ਕੀਤਾ ਤੁਸੀਂ, ਬਹੁਤ ਵਧੀਆ। ਸੋ ਐਸ ਮਿਸਿਜ਼